welcome back to Dubro channel. Guys. Welcome back to Dubro channel, guys. ਔਰ ਵਲੌਗ ਸਟਾਰਟ ਕਰਨ ਜਾ ਰਹੇ ਹਾਂ ਦੋਨੇ ਭਰਾ ਅਸੀਂ ਰਲ ਮਿਲ ਕੇ ਹਨਾ ਅਤੇ ਨਿਊ ਈਅਰ ਸੈਲੀਬ੍ਰੇਸ਼ਨ ਕਰਨ ਜਾ ਰਹੇ ਹਾਂ ਦੁਬਈ ਆਉਣ ਦਾ ਵੇ ਹਾਂ ਪਲਾਨ ਕੋਈ ਵੀ ਨਹੀਂ ਹੈਗਾ ਟਿਕਾਣਾ ਕੋਈ ਵੀ ਨਹੀਂ ਹੈਗਾ ਲੇਕਿਨ ਰਾਸਤੇ 'ਚ ਜਾਂਦੇ ਜਾਂਦੇ ਅਗਰ ਕੁਛ ਪਲਾਨ ਬਣ ਗਿਆ ਵੀ ਹਾਂ ਇੱਥੇ ਸਪੈਸੀਫਿਕ ਜਾਣਾ ਚਾਹੀਦਾ ਔਰ ਚੱਲਦੇ ਹਾਂ ਟ੍ਰੈਫਿਕ ਨਾ ਮਿਲਿਆ ਤਾਂ ਜ਼ਰੂਰ ਉੱਥੇ ਪਹੁੰਚਾਂਗੇ ਹੁੰਬ ਹੁੰਬਾ ਕੇ ਪਹੁੰਚਾਂਗੇ ਹਨਾ ਔਰ ਪਿਆਰ ਦੇਣ ਲਈ ਬਹੁਤ ਬਹੁਤ ਮਿਹਰਬਾਨੀ ਸਬਸਕ੍ਰਾਈਬ ਆ ਰਹੇ ਨੇ ਔਰ ਚੈਨਲ ਸਬਸਕ੍ਰਾਈਬ ਹੋ ਰਿਹਾ ਵਾ ਥੈਂਕ ਯੂ ਸੋ ਮੱਚ ਔਰ ਇਹ ਮਤਲਬ ਪਿਆਰ ਸਾਡੇ 'ਤੇ ਵਰਸਾਉਣ ਲਈ ਹੈ ਨਾ ਸ਼ਾਵਰ ਦੀ ਤਰ੍ਹਾਂ ਇੱਦਾਂ ਇੱਦਾਂ ਅਤੇ ਹੁਣ ਉਹੀ ਸੇਮ ਪੁਰਾਣਾ ਟਿਕਾਣਾ ਪੈਟਰੋਲ ਪੰਪ 'ਤੇ ਖੜ੍ਹੇ ਹਾਂ ਅਤੇ ਬਾਈ ਪੈਸੇ ਕਟਾਉਣ ਲੱਗਿਆ ਅਤੇ ਗੱਡੀ 'ਚ ਤੇਲ ਪਵਾ ਲਿਆ ਪੈਟਰੋਲ ਪਵਾ ਲਿਆ ਹੁਣ ਕੌਫੀ ਲਵਾਂਗੇ ਕੌਫੀ ਤੋਂ ਬਾਅਦ ਜਾਵਾਂਗੇ ਸਿੱਧਾ ਦੁਬਈ ਯਾਰਾਂ ਦੀ ਮੁੰਦਰੀ ਅਤੇ ਇਹ ਵਲੌਗ ਦੇਖ ਲਿਓ ਗੱਡੀ ਸਰਵਿਸ ਦਾ ਗੱਡੀ ਧੁਆਈ ਅੰਦਰੋਂ ਪੂਰੀ ਵਧੀਆ ਤਰੀਕੇ ਨਾਲ ਪਾਈ ਸੀਟ 'ਤੇ ਨਾ ਪਲਾਸਟਿਕ ਵਗੈਰਾ ਚੜਿਆ ਹੋਇਆ ਵਾ ਕੀ ਬਈ ਉਹ ਕੀ ਕਹਿੰਦੇ ਆ ਹੋ ਸਕਦਾ ਤੁਹਾਨੂੰ ਬਿਲਕੁਲ ਨਹੀਂ ਦੱਸਾਂਗਾ ਪੈਸੇ ਆਉਣ ਦਾ ਕਟਿੰਗ ਦਾ ਮੈਸੇਜ ਆ ਗਿਆ ਹੁਣ ਕਟਿੰਗ ਦੋ ਕਟਿੰਗ ਕਾਫੀ ਉਹ ਪਾਰਟੀਆਂ ਨਹੀਂ ਹੈਗੀਆਂ ਓਕੇ ਮਿਲਦੇ ਹਾਂ ਦੁਬਈ ਜਾ ਕੇ ਇੰਜੋਏ ਕਰਦੇ ਓਕੇ ਉੱਥੇ ਉਹ ਮਾਰ ਉਹਦੇ ਨਿਕਲ ਗਈ ਤੂੰ ਇੱਥੇ ਲਾ ਦੇ ਨਾ ਤਾਂ ਹੀ ਲਾ ਦੇ ਮਿਲਦੇ ਆ ਕੌਫੀ ਤੋਂ ਬਾਅਦ ਕੌਫੀ ਲੈ ਲਈ ਆ ਬਈ ਅਸੀਂ ਬਾਏ ਕਰ ਲਈ ਆ ਠੀਕ ਆ ਅਤੇ ਪੀਣ ਲੱਗੇ ਹਾਂ ਤੁਹਾਨੂੰ ਪਤਾ ਜਿਵੇਂ ਸਾਡਾ ਪੁਰਾਣਾ ਸਿਸਟਮ ਚੱਲਦਾ ਆਉਂਦਾ ਵਾ ਅਤੇ ਹੁਣ ਮਿਲਦੇ ਹਾਂ ਜਾ ਕੇ ਸਿੱਧਾ ਦੁਬਈ ਅੰਦਰ ਕੀ ਅੰਦਰ ਯਾਰ ਪਤਾ ਗੱਲ ਕਹੋ ਨਹੀਂ ਪੂਰਾ ਜ਼ੋਰ ਲਾ ਕੇ ਬੰਦਾ ਕੱਪੜੇ ਪਾਉਂਦਾ ਹਨਾ ਅਤੇ ਮੈਂ ਤਾਂ ਆਪਦੇ ਜਾਣੀ ਵਧੀਆ ਪਾਇਆ ਕੱਪੜੇ ਅਤੇ ਸਾਰੀ ਅਟਰੈਕਸ਼ਨ ਗਿਆ ਸਾਰੀ ਤੂੰ ਨਾ ਲਾ ਦੇ ਨਾ ਸਿੰਪਲ ਜਿਹੀ ਟੀ ਸ਼ਰਟ ਪਾਈ ਬੈਠਾ ਤੁਹਾਨੂੰ ਦਿਖਾ ਉਹ ਬੰਦ ਇਹ ਸਿੰਪਲ ਜਿਹੀ ਟੀ ਸ਼ਰਟ ਨਹੀਂ ਹੈਗੀ ਸਾਊਂ ਪੱਕਾ ਅਟਰੈਕਟਿਵ ਆ ਇੱਦਾਂ ਹੋਣਾ ਹੀ ਚਾਹੀਦਾ ਜਾਂ ਤਾਂ ਬਰਾਬਰ ਚੀਜ਼ ਪਾਉਣੀ ਚਾਹੀਦੀ ਦੋਨੇ ਬੰਦਾ ਮਤਲਬ ਸਾਰਾ ਹੀ ਮਤਲਬ ਦੋਨੇ ਅਟਰੈਕਟਿਵ ਲੱਗਣੇ ਚਾਹੀਦੇ ਆ ਸੋਹਣੇ ਲੱਗਣੇ ਚਾਹੀਦੇ ਆ ਤੇਰੇ ਜ਼ਿਆਦਾ ਵਧੀਆ ਪਾਏ ਅੱਜ ਘੈਂਟ ਵਾਲੇ ਨਹੀਂ ਪਰ ਇੱਕ ਚੀਜ਼ ਲੈ ਗਈ ਖਿੱਚ ਕੇ ਸਾਰਾ ਧਿਆਨ ਆਕਰਸ਼ਿਤ ਕਰਤਾ ਲੋਕਾਂ ਨੂੰ ਆਕਰਸ਼ਿਤ ਕਰਦਾ ਲੋਕਾਂ ਨੂੰ ਹੋਰ ਹੀ ਪਾਈ ਫਿਰਦਾ ਮਤਲਬ ਗਲਤ ਜੀ ਚੀਜ਼ ਪਾਈ ਫਿਰਦਾ ਇੱਕ ਮਿੰਟ ਆਤੀ ਆ ਇੱਕ ਮਿੰਟ ਮੈਚ ਕਰਦੀ ਥੱਲੇ ਟੱਪੋ ਵੀ ਚੱਕ ਲਈ ਤੂੰ ਆਹੋ ਆਪਣੇ ਇੱਕ ਮਿੰਟ ਇਹਨੂੰ ਮੈਨੂੰ ਕਾਫੀ ਬੜਾਤੀ ਮੈਂ ਰਾਤ ਰੋਕੀ ਗਣਾ ਗੱਡੀ ਗੱਡੀਆਂ ਆਉਂਦੀਆਂ ਪਿੱਛੇ ਫੜੀਆਂ ਇੱਕ ਉਹ ਗਾਂ ਬਹੁਤ ਖੜਦੇ ਆ ਹਰ ਵਾਰੀ ਦਾ ਉਹੀ ਡਰਾਮਾ ਸੇਮ ਜਦੋਂ ਤੁਸੀਂ ਜਾਓ ਸ਼ਾਰਜਾ ਵੱਲ ਨੂੰ ਭਾਈ ਪੇਸ਼ੈਂਸ ਰੱਖੋ ਕਾਮ ਬਿਲਕੁਲ ਦਿਲ ਨੂੰ ਟਿਕਾਣੇ 'ਤੇ ਬੰਦਾ ਕਮਲਾ ਹੋ ਜਾਂਦਾ ਟ੍ਰੈਫਿਕ ਦੇਖ ਕੇ ਟ੍ਰੈਫਿਕ 'ਤੇ ਖਿੱਚ 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 ਕਰਦਾ ਬੰਦਾ ਅੱਗੇ ਜਾਂਦਾ ਵਾ 5-10 ਮਿੰਟ ਦਾ ਰਸਤਾ ਵਾ ਅਤੇ ਇੱਥੋਂ ਹੁਣ ਬੰਦਾ ਘੰਟਾ ਡੇਢ ਘੰਟਾ ਉਹ ਟ੍ਰੈਫਿਕ ਅਤੇ ਇਹਨੂੰ ਕਿੰਨੀ ਵਾਰ ਕਿਹਾ ਵੀ ਸ਼ਹਿਰੀ ਕਿਤੇ ਚੱਜ ਦੇ ਪਾਸੇ ਲੈ ਲਾ ਮਕਾਨ ਜਦੋਂ ਵੀ ਤੇਰੇ ਕੋਲ ਆਈਦਾ ਤਾਂ ਖੱਜਲ ਹੋ ਕੇ ਜਾਈਦਾ ਯਾਰ ਆਹ ਦੇਖ ਲਓ ਤੁਹਾਨੂੰ ਦਿਖਾਉਂਦੇ ਕਿਉਂ ਬਾਈ ਆਉਂਦੇ ਵੀ ਖੱਜਲ ਜਾਂਦੇ ਚਾਦਰੀ ਕਿਵੇਂ ਰਹਿ ਲਾ ਤੂੰ ਬੰਦਾ ਹੋਵੇ ਜੇ ਛੱਜ ਦਾ ਤੁਹਾਨੂੰ ਟ੍ਰੈਫਿਕ ਦਿਖਾਉਂਦੇ ਆ ਸ਼ਾਰਜਾ ਦਾ ਟ੍ਰੈਫਿਕ ਚੀਕੜਾ ਦਿੰਦਾ ਆਏ ਜਾਂਦੇ ਆ ਸਪੀਡ ਤੇ ਸੂਈ ਵੀ ਨਹੀਂ ਹਿਲਦੀ ਹਾਂ ਤਾਂ ਤੁਹਾਨੂੰ ਇਹ ਗੱਡੀ 'ਚੋਂ ਇੰਨਾ ਕੀ ਦਿਖਣਾ ਵਾ ਜੇ ਬਾਹਰ ਨਿਕਲ ਕੇ ਕੈਮਰਾ ਮਾਰਨਾ ਹੱਥ ਉੱਚਾ ਕਰਕੇ ਯਾਨੀ ਕਿ 15-20 ਕਿਲੋਮੀਟਰ ਟ੍ਰੈਫਿਕ ਹੋਣਾ ਇੱਦਾਂ ਹੀ ਇੱਦਾਂ ਹੀ ਆਹੀ ਬਸ ਆਹੀ ਸਪੀਡ ਓਹੋ ਲੱਖ ਗੁਣਾ ਵਧੀਆ ਅਸੀਂ ਅਲੈਨ ਰਹਿੰਦੇ ਹਾਂ 140 ਤੇ ਚਾਹੀਦਾ 140 ਤੇ ਆਈਦਾ ਛੂਟਾਂ ਵੱਟਦੇ ਛੂਟਾਂ ਅਤੇ ਮਿਲਦੇ ਹਾਂ ਜਦੋਂ ਪਹੁੰਚ ਗਏ ਕਾਫੀ ਖਤਮ ਨਹੀਂ ਹੁੰਦੀ ਜਾਨੂੰ ਪਹੁੰਚ ਜਾਈਦਾ ਬਿਠਾਤਾ ਲੈਣ ਨਾ ਚ ਸ਼ੁਕਰਨ ਥੈਂਕ ਯੂ ਸ਼ਹਿਰੀ ਨੂੰ ਲਾਂਟ ਤਾਂ ਪੂਰੀਆਂ
ਸ਼ਹਿਰੀ ਕੋਲ ਵੀ ਅਸੀਂ ਰੀਚ ਹੋ ਗਏ ਹਾਂ, ਪ੍ਰੋਗਰਾਮ ਸਾਨੂੰ ਨਹੀਂ ਪਤਾ ਹੁਣ ਕੀ ਬਣਨਾ। ਇਹਨੂੰ ਲਾਹਨਤਾਂ ਬਹੁਤ ਪਈਆਂ ਰਾਹ 'ਚ ਆਉਂਦੇ ਆਉਂਦੇ ਵੀ ਘਰ ਕਿਤੇ ਹੋਰ ਲੈ ਲਾ, ਟ੍ਰੈਫਿਕ 'ਚ ਫਸ ਜਾਂਦੇ ਆ, ਟ੍ਰੈਫਿਕ 'ਚ ਫਸ ਜਾਂਦੇ ਆ, ਫਸ ਜਾਂਦੇ ਆ, ਲੇਕਿਨ ਇਹ ਨਹੀਂ ਮੰਨਦਾ। ਹਾਂ ਇੱਕ ਹੀ ਕੰਮ ਇਹਨਾਂ ਕੋਲ, ਇੱਕ ਹੀ ਕੰਮ ਇਹਨਾਂ ਕੋਲ, ਪ੍ਰੋਟੀਨ ਪ੍ਰੋਟੀਨ ਪ੍ਰੋਟੀਨ। ਸ਼ਹਿਰੀ ਕੀ ਪ੍ਰੋਗਰਾਮ ਆ ਨਵੇਂ ਸਾਲ ਦਾ? ਬਾਈ ਗਾਈਡ ਬੀਚ 'ਤੇ ਜਾਂਦੇ ਹਾਂ, ਉਦੋਂ ਬੰਬ ਪਟਾਕਾ ਵਿਕੂਗਾ ਚੱਲਦਾ, ਅਤੇ ਬਾਹਲੇ ਨੇੜੇ ਨਹੀਂ ਜਾਣਾ, ਤਾਂ ਫਸ ਜਾਂਗੇ ਆਪਾਂ। ਉਹ ਪ੍ਰੋਟੀਨ ਦੀ ਆ, ਉਹ ਇੰਨੀ ਇੰਨੀ ਹੋਰ ਇੰਨੀ ਗੰਦੀ ਨਹੀਂ ਹੈਗੀ। ਐਨਕਾਂ ਬਾਈ ਇਹ ਵੀ ਟੋਟਾ ਜਿਹਾ ਲਾਈ ਫਿਰਦਾ ਵਾ ਐਨਕਾਂ ਵਾਲਾ, ਇਹੋ ਜਿਹੀਆਂ ਚਾਹੀਦੀਆਂ ਬਾਈ। ਗੱਲ ਫਸ ਗਈ, ਅੱਜ ਤਾਂ ਉਹਦੀ ਆਈ ਆਪਣੇ ਕੋਲ। ਮੈਨੂੰ ਕਹੀ ਜਾਂਦੇ ਬਾਹਲਾ ਸੋਹਣਾ ਲੱਗਦਾ, ਇਹ ਨਹੀਂ ਭਿੰਡਰ ਬਾਈ ਦੀ ਐਨਕਾਂ ਹੈਗੀ ਆਪਣੇ ਕੋਲ ਅੱਜ, ਅਤੇ ਉਹਨੂੰ ਹੈਂਡ ਓਵਰ ਕਰਨੀ ਹੈ ਪੈਣੀ। ਅੱਜ ਮੈਂ ਆਉਂਦਾ ਸੀ ਰਾਹ 'ਚ, ਜੋ ਵੀ ਪ੍ਰੋਗਰਾਮ ਬਣਦਾ ਨਾ ਫਿਰ ਤੁਹਾਨੂੰ ਦੱਸਦੇ ਸੀ ਕੀ ਪ੍ਰੋਗਰਾਮ ਬਣਦਾ। ਓਕੇ ਸਾਲ ਮਨਾਉਣਾ ਹੋਵੇ ਤਾਂ ਤੁਹਾਨੂੰ ਦੁਪਹਿਰੇ 12-1 ਵਜੇ ਤੁਰ ਕੇ ਨਿਕਲਣਾ ਚਾਹੀਦਾ ਵੈਸੇ ਘਰੋਂ, ਫਿਰ ਜਾ ਕੇ ਬੁਰਜ ਖਲੀਫੇ ਦੀ ਜੜ੍ਹਾਂ 'ਚ ਬਹਿ ਜਾਓ। 2-3 ਵਜੇ ਟ੍ਰੈਫਿਕ ਸਾਰਾ ਬੰਦ, ਸਾਰੇ ਰੋਡ ਬੰਦ ਕਰ ਦਿੰਦੇ ਆ, ਉਹਦੇ ਦਾਇਰੇ 3-4 ਕਿਲੋਮੀਟਰ ਦਾ ਦਾਇਰਾ ਹੋ ਰਿਹਾ ਛੋਟੇ, ਸਾਰੇ ਬੰਦ ਕਰ ਦਿੰਦੇ ਆ। ਉੱਥੇ ਤੱਕ ਪਹੁੰਚਣਾ ਫਿਰ ਨਾਮੁਮਕਿਨ ਜਿਹਾ ਹੋ ਜਾਂਦਾ। ਲੇਕਿਨ ਸੱਪ ਕੱਢਿਆ ਹੋਇਆ ਵੀ ਐਟਲਾਂਟਿਸ ਜਾ ਰਹੇ ਮਹਾਰਾਜ ਜੀ, ਇੱਕ ਪਿੱਛੇ ਬੈਠੇ ਨੇ ਮਹਾਰਾਜ, ਅਤੇ ਦੇਖਦੇ ਅਗਰ ਉੱਥੇ ਸਾਨੂੰ ਕੋਈ ਸੱਪ ਮਿਲਦਾ ਮਾਰਨ। ਹੱਥ ਪੈਰ ਪਿਆ ਨਹੀਂ ਹੈਗਾ, ਬਹੁਤ ਜ਼ਿਆਦਾ ਪੁਲਿਸ ਆ, ਔਰ ਮਾਲ ਅਸੀਂ ਨਹੀਂ ਡਿਲੀਵਰੀ ਕਰ ਸਕੇ, ਅਤੇ ਹੁਣ ਵੀ ਗਲਤ ਬੈਠਾ ਸਾਡੇ ਬੰਦਾ, ਪਿੱਛੇ ਸਪੇਰਾ ਬਿਠਾਇਆ ਅਸੀਂ, ਉਹ ਸੱਪ ਕੱਢਦਾ ਪੂਰੇ, ਅਤੇ ਹੁਣ ਅਸੀਂ ਜਾ ਰਹੇ ਹਾਂ ਬੁਰਜ ਖਲੀਫਾ। ਕਿਉਂ ਹੁਣ ਗ੍ਰੈਵਿਟੀ ਸੈਂਟਰ ਆਫ ਬੁਰਜ ਖਲੀਫਾ, ਸਿੱਧਾ ਜਾ ਵੱਜਣਾ ਹੈਕ ਦੇ ਵਿੱਚ, ਅਤੇ ਫਿਰ ਦੇਖਾਂਗੇ। ਬੜੀ ਮੁਸ਼ਕਿਲ ਨਾਲ ਪਾਰਕਿੰਗ ਮਿਲੀ ਆ, ਹੁਣ ਅਸੀਂ ਵਾਕਿੰਗ ਕਰਕੇ ਜਾ ਰਹੇ ਆ ਬਾਈ ਜੀ, ਬੁਰਜ ਖਲੀਫੇ ਦੇ ਨੇੜੇ ਤੇੜੇ। ਉਹ ਪੇਟ ਪੂਜਾ ਕਰਨੀ ਬਣਦੀ ਆ, ਪੇਟ ਪੂਜਾ ਚਲੋ KPS ਗੱਲ ਖਾਂਦੇ ਬਾਈ, ਜੇ ਤਾਂ ਖੁੱਲੇ ਹੋ ਗਏ ਤੁਰਨ ਆਪਾਂ ਨੂੰ, ਉਹ ਰੋਡ ਤੋਂ ਹੋ ਕੇ ਤੁਰ ਲੋ, ਥੋੜਾ ਇੱਧਰ ਵੀ ਤਵੱਜੋ ਦਿਓ ਨਾ। ਹਾਂ ਸ਼ੇਰੀ ਕੀ ਕਰਨਾ ਤੁਹਾਨੂੰ? ਤਵੱਜੋ ਦਿਓ ਨਾ, ਭੁੱਖ ਲੱਗੀ ਹੈ, ਤਵੱਜੋ। ਹਾਂ ਕਿਹੜਾ ਆਪਣੇ ਤੋਂ ਸ਼ੇਰੀ ਠਰਕੀ ਕਹਾਉਣਾ ਪਹਿਲਾਂ, ਪਹਿਲਾਂ ਮੈਂ ਜ਼ਿਆਦਾ ਠਰਕੀ ਕਹਾਉਣਾ। ਓਕੇ ਸ਼ੇਰੀ ਠਰਕੀ ਕਹਾਉਣਾ ਬਾਈ, ਮਜ਼ੇ ਦੁਬਈ ਦੇ ਹੀ ਆ ਵੈਸੇ। ਹੈਂ ਬਾਈ ਉਹ ਬਹੁਤ ਵਧੀਆ ਆ ਗਏ ਆਪਾਂ, ਲੈ ਯਾਰ ਸ਼ੇਰੀ ਆਹ ਦੁਨੀਆ। ਟਾਈਮ ਕੱਢ ਕੇ ਭੈਣ ਚੋਂ 12 ਵਜੇ ਪਹੁੰਚੇ ਸੀਗਾ, ਚਲੋ ਵਾਪਸ ਚਲੋ।
ਕਲੋਲਾ ਹੋ ਰਿਹਾ ਬਾਈ ਕਲੋਲਾ ਇਹ ਚ ਖੜਨ ਨੂੰ ਜਗ੍ਹਾ ਨੀ ਹੋਣੀ ਬਾਈ ਮੈਟਰੋ ਚ ਹਜੇ 12 ਵਜੇ ਤੱਕ ਆਉਣੀਆਂ ਨੇ ਭਰ ਭਰ ਕੇ ਸਿੱਧੇ ਜਬਲ ਵਾਲੀ ਤੋਂ ਆਉਂਦੀ ਹੈ ਹੋਰ ਉੱਥੇ ਹੀ ਫੁੱਲ ਆਉਂਦੀ ਆ ਬਾਈ ਹਜੇ ਬਾਈ ਹੜ ਹੜ ਤੁਰਿਆ ਹੈ ਦੁਨੀਆਂ ਦਾ ਹੜ ਬੁਰਜ ਖਲੀ ਹੜ ਹੜ ਕਰਦੀ ਫਿਰ ਇਹਨੂੰ ਹੜ ਹੜ ਉਹ ਦੇਖੋ ਪਾਰਕਿੰਗ ਥੋੜ੍ਹੀ ਜਿਹੀ ਦੂਰ ਮਿਲੀ ਆ ਸਹੀ ਆ ਅਤੇ ਥੋੜ੍ਹਾ ਵਾਕਿੰਗ ਡਿਸਟੈਂਸ ਆ ਵਾਕ ਕਰਦੇ ਕਰਦੇ ਅਸੀਂ ਪਹੁੰਚ ਗਿਆ ਖਾਲੀ ਗਰਾਊਂਡ 'ਚ ਹੈ ਨਾ ਰਾਮਲੀਲਾ ਰਾਮਲੀਲਾ ਗਰਾਊਂਡ ਦੇ ਵਿੱਚ ਬਾਈ ਜੀ ਫਾਇਰ ਵਰਕ ਦੇਖਣ ਲਈ ਟਾਈਮ ਲੱਗਦਾ ਮਿਹਨਤਾਂ ਲੱਗਦੀਆਂ ਨੇ ਯਾਰ ਅਗਰ ਸਵੇਰੇ ਆ ਕੇ ਬੈਠਿਆ ਤਾਂ ਵੀ ਉਹ ਟਾਈਮ ਖਰਾਬ ਸੀਗਾ ਇੰਨਾ ਟਾਈਮ ਕਿਹਦੇ ਕੋਲ ਹੁੰਦਾ ਹੈ ਨਾ ਅਗਰ ਤੁਸੀਂ ਆਪਣਾ ਹੁਣ 12 ਵਜੇ ਤੋਂ ਪਹਿਲਾਂ ਇੱਕ ਕੰਮ ਆ ਹਾਂ ਆਪਣੇ ਕੋਲੇ 9 ਵਜੇ 3 ਘੰਟੇ ਆ ਹਾਂ ਇੱਕ ਤਾਂ ਉੱਥੇ ਥੱਲੇ ਰੀਚ ਕਰਨੀ ਇੱਕ ਆਪਾਂ KFC ਖਾਣਾ ਇੱਕ ਬਾਥਰੂਮ ਕਰਨਾ ਠੀਕ ਆ ਤਿੰਨ ਘੰਟਿਆਂ ਦੇ ਵਿੱਚ ਤਿੰਨ ਟਾਰਗੇਟ ਦਿੱਤੇ ਬਾਈ ਨੇ ਬਹੁਤ ਟਫ KFC ਖਾਣਾ ਸੁਸੂ ਕਰਨਾ ਤੀਜਾ ਕੀ ਸੀ ਤੀਜਾ ਉਹ ਥੱਲੇ ਪਹੁੰਚਣਾ ਥੱਲੇ ਪਹੁੰਚਣਾ ਗੱਡੀਆਂ ਸਾਰੀਆਂ ਬੰਦ ਕਰਤੀਆਂ ਬਗਾਨਿਆਂ ਨੇ ਠੀਕ ਆ ਝੋਟੇ ਐ ਰੋਡ ਬਲੋਕ ਆ ਲੈਂਦਾ ਝੋਟੇ ਆ ਨਿਰੇ ਪੈਣ ਸੜਕ ਦੱਬੀ ਜਾਂਦੇ ਆ ਪੂਰੀ ਹੈ ਡੇ ਟਾਈਮ ਚ ਰੋਡ ਨੂੰ ਸਾਹ ਨੀ ਆਉਂਦਾ ਸਾਹ ਤੇ ਅੱਜ ਦੇਖੋ ਜਨਤਾ ਡਿਊ ਟੂ ਸਿਕਿਉਰਿਟੀ ਰੀਜ਼ਨ ਦੋ ਐਕਸੈਸ ਅਸੀਂ ਕ੍ਰੋਸ ਕਰਦੇ ਓਨਲੀ ਫੈਮਿਲੀ ਦੇ ਲਈ ਓਪਨ ਸਿੰਗਲ ਕਪਲ ਅਲਾਊਡ ਨਹੀਂ ਹੈਗੇ ਅਤੇ ਉਹ ਪਿੱਛੇ ਹੁਣ ਸਾਨੂੰ ਅੱਗੇ ਜਾਣਾ ਪੈ ਰਿਹਾ ਕਿਉਂਕਿ ਅੱਜ ਸਾਡੇ ਨਾਲ ਫੈਮਿਲੀਆਂ ਨਹੀਂ ਹੈਗੀਆਂ ਲਓ ਵੀ ਚੜ੍ਹਾਈ ਚੜ੍ਹ ਗਿਆ ਸੀ ਅਤੇ ਕਾਫੀ ਪੈਦਲ ਯਾਤਰਾ ਕੀਤੀ ਆ ਅਤੇ ਆ ਵਜੇ ਜਾਣਾ ਹੀ ਅੱਜ ਅਸੀਂ ਹੁਣ ਖਾਣ ਜਾਣਾ KPS ਸੈਂਟਰ ਹੋ ਗਏ ਆ KPS ਲੱਭਦੇ ਹਾਂ ਕਿੱਥੇ ਮਿਲੂਗਾ ਉੱਥੇ ਹੀ ਅਸੀਂ ਛਾਂਕ ਦੇਣਾ ਮਤਲਬ ਖਾ ਜਾਣਾ KPS ਔਰ ਆ KFC ਅਸੀਂ ਮੰਜ਼ਿਲ ਲੱਭ ਲਈ ਆਪਦੀ ਬਿਗ ਮਜੀਤੋ ਬੰਦਾ ਲੱਗ ਗਿਆ ਲਾਈਨ ਦੇ ਵਿੱਚ KFC ਦਾ ਰਸ਼ ਦੇਖ ਲਓ ਯਾਰ KFC ਖਾਣਾ ਜੰਗ ਲੜਨ ਦੇ ਬਰਾਬਰ ਸੀਗਾ ਬਈ ਤਕੜਾ ਹੀ ਔਖਾ ਖਾ ਕੇ ਆਇਆ ਹੈ ਨਾ ਪਰ ਜੰਗ ਚ ਧਾਈ ਕਿਹਨੇ ਆਏ ਆਏ ਕਹਿੰਦੇ ਨੇ ਬਾਈ ਸਮਰਾਟ ਕਿਹੜਾ ਉਹ ਸਮਰਾਟ ਕਿਲਵਿਸ਼ ਨਹੀਂ ਨਹੀਂ ਸੈਨਾਪਤੀ ਪਤਾ ਲੱਗਿਆ ਵੀ ਹੁਣ ਹੁਣ ਕਿੱਧਰ ਪ੍ਰੋਗਰਾਮ ਆ ਵੀ ਦੱਸਿਆ ਮੈਨੂੰ ਹੁਣ ਤਿੱਖੀ ਜਿਹੀ ਬਿਲਡਿੰਗ ਕੋਲੇ ਜਾਣਾ ਤਿੱਖੀ ਜਿਹੜੀ ਨਿੱਕੀ ਜਿਹੀ ਬਿਲਡਿੰਗ ਆ ਦੁਬਈ ਦੀ ਉਹਦੇ ਕੋਲ ਜਾਣਾ ਮੈਂ ਚਲੋ ਮਿਲਦੇ ਹਾਂ ਫਿਰ ਤੇ
ਤੇ ਫਾਇਰ ਵਰਕ ਹੋਊਗਾ ਉਦੋਂ ਅਸੀਂ ਤੁਹਾਨੂੰ ਫਿਰ ਔਨ ਹੋ ਕੇ ਨਜ਼ਾਰੇ ਦਿਖਾਉਣੇ, ਠੀਕ ਆ ਬਾਬਾ? ਆਸ ਇੱਧਰ ਰੱਖ ਕੇ ਇੱਥੇ ਬਣੂਗੀ ਨਹੀਂ, ਇੱਧਰ ਮੂਹਰੇ ਬੰਦਾ ਆਉਣਾ, ਫੋਨ ਮੈਨੂੰ ਫੜਾ ਦੀ, ਮੈਂ ਫੜਾ ਦੂੰ ਓਏ ਬਸ ਕੋਈ ਨਾ ਯਾਰ, ਉੱਥੇ ਤਾਂ ਕੱਢਣਾ ਹੀ ਆਣ। Crowds. ਰਸ਼ ਤੁਹਾਨੂੰ ਦਿਖਾ ਤਾ, ਠੀਕ ਹੈ, ਕੰਟਰੋਲ ਨਹੀਂ ਕੋਈ ਕਰ ਸਕਦਾ ਰਸ਼ ਨੂੰ। ਹੈਪੀ ਨਿਊ ਈਅਰ 2020 ਚ ਆਲਰੇਡੀ ਐਂਟਰ ਹੋ ਚੁੱਕੇ ਹਾਂ। 1:10 ਹੋ ਗਿਆ, ਦੁਬਈ ਬੁਰਜ ਖਲੀਫਾ ਦਾ ਫਾਇਰ ਵਰਕਸ ਦੇਖ ਲਿਆ ਔਰ 5 ਕੰਟੀਨਿਊ ਚੱਲਿਆ ਅਤੇ ਟੋਟਲੀ ਮਤਲਬ ਘੈਂਟ ਗੱਲਬਾਤ ਸੀ ਪੂਰੀ, ਹੈਂ। ਅਤੇ ਰਾਤ ਦਾ ਵੱਜ ਗਿਆ 1, ਹੁਣ ਅਸੀਂ ਦੋਨੇ ਭਰਾ ਚੱਲੇ ਹਾਂ ਵਾਪਸ ਅਲੈਨ, ਠੀਕ ਹੈ। ਸ਼ਾਇਰੀ ਨੂੰ ਡਰੋਪ ਕਰਤਾ ਅਤੇ ਵਲੌਗ ਦਾ ਐਂਡ ਕਰਦੇ ਹੋਏ ਬਾਈ ਜੀ ਸਾਨੂੰ ਦਿਓ ਇਜਾਜ਼ਤ, 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 ਇਜਾਜ਼ਤ ਕਹਿੰਦੇ, ਇਜਾਜ਼ਤ, ਇਜਾਜ਼ਤ, ਸਾਨੂੰ ਦਿਓ ਇਜਾਜ਼ਤ, ਬਾਬਾ। Or please do subscribe do bro channel do bro blog or I like share comment karde raho aur pyar dende raho, thank you so much once again, happy new year 2020, sona figure 2020, dekhde ki rang leke aunda aur ki hunda ki nahi hai, okay, bye bye, range rover le li na, raat de 2 baj gaye ha, ਫੋਗ ਸੋਹਣੀ ਪੈ ਰਹੀ ਹੈ, ਮੈਂ ਕਿਹਾ ਤੁਹਾਨੂੰ ਦਿਖਾ ਦਾਂ ਹੈ ਨਾ ਰੋਡ ਦੇ ਉੱਤੇ ਕਿੱਦਾਂ ਦੀ ਹੁੰਦੀ ਹੈ ਫੋਗ।